ਫਰੈਂਡਸ ਅੱਜ ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਜਾਣਕਾਰੀ ਦੇਣ ਜਾ ਰਹੀਆਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਵੱਲੋਂ ਨਵੇਂ ਵੀਜ਼ੇ ਖੋਲ੍ਹ ਦਿੱਤੇ ਗਏ ਨੇ ਤਾਂ ਉਹਨਾਂ ਵੀਜ਼ਿਆਂ ਦੇ ਉੱਪਰ ਜਿਹੜੇ ਲੋਕ ਹੋਰ ਕੰਟਰੀਜ਼ ਦੇ ਵਿੱਚ ਕੈਨੇਡਾ ਦੇ ਵਿੱਚ ਐਂਟਰ ਕਰ ਰਹੇ ਨੇ ਤਾਂ ਉਹਨਾਂ ਲਈ ਕਿਹੜੇ-ਕਿਹੜੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਬਾਰੇ ਪ੍ਰੋਪਰ ਤੁਹਾਨੂੰ ਮੈਂ ਸਾਰੀ ਜਾਣਕਾਰੀ ਦੇਣ ਜਾ ਰਹੀਆਂ ਤਾਂ ਅੱਜ ਦੀ ਵੀਡੀਓ ਜਿਹੜੇ ਲੋਕ ਕੈਨੇਡਾ ਵਿੱਚ ਐਂਟਰ ਕਰਨ ਜਾ ਰਹੇ ਨੇ ਉਹਨਾਂ ਦੇ ਲਈ ਹੈ 22 ਨਵੰਬਰ 2020 ਤੋਂ ਲਾਜ਼ਮੀ ਹਦਾਇਤਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਅਸੀਂ ਅਣਗੌਲਿਆ ਨਹੀਂ ਕਰ ਸਕਦੇ ਅਗਰ ਲਾਜ਼ਮੀ ਜਿਹੜੀਆਂ ਹਦਾਇਤਾਂ ਸ਼ੁਰੂ ਕੀਤੀਆਂ ਗਈਆਂ ਨੇ ਅਗਰ ਅਸੀਂ ਉਹਨਾਂ ਨੂੰ ਅਣਗੌਲੀਆਂ ਕਰਦੇ ਆਂ ਉਹਨਾਂ ਨੂੰ ਪੂਰਾ ਨਹੀਂ ਕਰਦੇ ਤਾਂ ਕਾਫੀ ਮੋਟਾ ਫਾਈਨ ਵੀ ਭਰਨਾ ਪੈ ਸਕਦਾ ਹੈ ਉਹ ਹਦਾਇਤਾਂ ਕੀ ਕੀ ਨੇ ਉਹਦੇ ਬਾਰੇ ਤੁਹਾਨੂੰ ਮੈਂ ਪ੍ਰੋਪਰ ਸਾਰੀ ਜਾਣਕਾਰੀ ਦੇਣ ਜਾ ਰਹੀ ਆਂ ਜਿਹੜੇ ਯਾਤਰੀ ਹਵਾਈ ਸਫਰ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਗੇ ਉਹਨਾਂ ਲਈ ਕੀ ਕੀ ਹਦਾਇਤਾਂ ਨੇ ਅਗਰ ਨਵੰਬਰ 2020 ਤੋਂ ਤੁਸੀਂ ਹਵਾਈ ਜਹਾਜ਼ ਰਾਹੀਂ ਕੈਨੇਡਾ ਜਾ ਰਹੇ ਹੋ ਤਾਂ ਤੁਹਾਡੇ ਕੋਲ ਅਰਾਈਵ ਕੈਨ ਐਪਲੀਕੇਸ਼ਨ ਡਾਊਨਲੋਡ ਤੁਹਾਡੇ ਫੋਨ ਦੇ ਵਿੱਚ ਕੀਤੀ ਹੋਣੀ ਜ਼ਰੂਰੀ ਹੈ ਇਹ ਐਪ ਵਿੱਚ ਕੈਨੇਡਾ ਆਉਣ ਤੋਂ ਪਹਿਲਾਂ ਟਰੈਵਲ ਅਤੇ ਤੁਹਾਡੇ ਨਾਲ ਸੰਪਰਕ ਕਿਤੇ ਜਾਣ ਦੀ ਜਾਣਕਾਰੀ ਭਰਨੀ ਹੋਵੇਗੀ ਕੁਆਰੰਟਾਈਨ ਦਾ ਪਲਾਨ ਦੱਸਣਾ ਹੋਵੇਗਾ ਕਿ 14 ਦਿਨ ਤੁਸੀਂ ਕਿੱਥੇ ਅਤੇ ਕਿਵੇਂ ਵੱਖਰੇ ਤੌਰ ਤੇ ਰਹਿਣ ਦਾ ਇੰਤਜ਼ਾਮ ਕਰਕੇ ਆਏ ਹੋ ਅਤੇ ਕੋਵਿਡ-19 ਦੇ ਲੱਛਣਾਂ ਸਬੰਧੀ ਅਸੈਸਮੈਂਟ ਦੇ ਲਈ ਕੁਝ ਸਵਾਲ ਹੋਣਗੇ ਜਿਨ੍ਹਾਂ ਦੇ ਜਵਾਬ ਵੀ ਤੁਸੀਂ ਇਸ ਐਪ ਦੇ ਰਾਹੀਂ ਦੇਣੇ ਹੋਣਗੇ ਜਵਾਬ ਦੇਣ ਤੋਂ ਬਾਅਦ ਹੀ ਐਪਲੀਕੇਸ਼ਨ ਦੇ ਵਿੱਚ ਇੱਕ ਰਸੀਦ ਆ ਜਾਵੇਗੀ ਜੋ ਤੁਸੀਂ ਕੈਨੇਡਾ ਜਾਣ ਲਈ ਕਿਸੇ ਵੀ ਦੇਸ਼ ਤੋਂ ਜਹਾਜ਼ ਵਿੱਚ ਚੜ੍ਹਨਾ ਹੈ ਤਾਂ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਐਪਲੀਕੇਸ਼ਨ ਵਿੱਚ ਸਾਰੀ ਜਾਣਕਾਰੀ ਭਰਨੀ ਜ਼ਰੂਰੀ ਹੈ ਇਹੀ ਐਪਲੀਕੇਸ਼ਨ ਆਈਫੋਨ ਜਾਂ ਐਂਡਰੋਇਡ ਫੋਨ ਦੇ ਵਿੱਚ ਮੌਜੂਦ ਹੈ ਅਗਰ ਤੁਸੀਂ ਫੋਨ ਨਹੀਂ ਨਹੀਂ ਭਰਨੀ ਤਾਂ ਤੁਸੀਂ ਵੈਬਸਾਈਟ ਤੇ ਜਾ ਕੇ ਕੈਨੇਡਾ ਆਉਣ ਤੋਂ ਪਹਿਲਾਂ ਸਾਰੀ ਜਾਣਕਾਰੀ ਭਰ ਸਕਦੇ ਹੋ ਜੋ ਤੁਸੀਂ ਇਹ ਐਪਲੀਕੇਸ਼ਨ ਨੂੰ ਫੋਨ ਦੇ ਵਿੱਚ ਡਾਊਨਲੋਡ ਕਰ ਲੈਂਦੇ ਹੋ ਤਾਂ ਫਲਾਈਟ ਤੋਂ 90 ਦਿਨ ਪਹਿਲਾਂ ਤੱਕ ਦੀ ਜਾਣਕਾਰੀ ਭਰਨ ਦੀ ਚੋਣ ਦਿਖਾਈ ਜਾਂਦੀ ਹੈ ਅਗਰ ਵੈਬਸਾਈਟ ਤੇ ਜਾਣਗੀ ਜਾਣਕਾਰੀ ਭਰਨੀ ਹੋਵੇ ਤਾਂ ਫਲਾਈਟ ਤੋਂ 14 ਦਿਨ ਪਹਿਲਾਂ ਵਿੰਡੋ ਖੁੱਲ ਜਾਂਦੀ ਹੈ ਤੇ ਜਦੋਂ ਜਾਣਕਾਰੀ ਭਰ ਦਿੱਤੀ ਜਾਂਦੀ ਹੈ ਤਾਂ ਐਪਲੀਕੇਸ਼ਨ ਦੇ ਉੱਤੇ ਸੀਰ ਆਉਂਦੀ ਹੈ ਜਿਸ ਨੂੰ ਕਨੇਡਾ ਬਾਰਡਰ ਸਰਵਿਸ ਆਫੀਸਰ ਨੂੰ ਤੁਸੀਂ ਦਿਖਾਉਣਾ ਹੁੰਦਾ ਹੈ ਜਿਸ ਦਾ ਪ੍ਰਿੰਟ ਆਊਟ ਵੀ ਤੁਸੀਂ ਕਢਵਾ ਕੇ ਰੱਖ ਸਕਦੇ ਹੋ ਤੇ ਜਾਂ ਫੋਨ ਦੇ ਵਿੱਚ ਹੀ ਉਹਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਤੇ ਉਹ ਸਕਰੀਨਸ਼ਾਟ ਤੁਸੀਂ ਉਹਨਾਂ ਅਧਿਕਾਰੀਆਂ ਨੂੰ ਦਿਖਾ ਸਕਦੇ ਹੋ ਅਗਰ ਤੁਸੀਂ ਕੈਨੇਡਾ ਵਿੱਚ ਸੜਕ ਦੇ ਰਾਹੀਂ ਜਾਂ ਫਿਰ ਸਮੁੰਦਰੀ ਰਸਤੇ ਦੇ ਰਾਹੀਂ ਦਾਖਲ ਹੋਣਾ ਚਾਹੁੰਦੇ ਹੋ ਤਾਂ ਵੀ ਤੁਹਾਡੇ ਕੋਲ ਅਰਾਈਵ ਕੈਨ ਐਪ ਹੋਣਾ ਜ਼ਰੂਰੀ ਹੈ ਇਹਦੇ ਨਾਲ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਕਿਉਂਕਿ ਜੋ ਇਸ ਐਪਲੀਕੇਸ਼ਨ ਦੀ ਵਰਤੋਂ ਕਰਕੇ ਜਾਣਕਾਰੀ ਨਹੀਂ ਭਰਦੇ ਉਹਨਾਂ ਦੇ ਲਈ ਬਾਰਡਰ ਅਧਿਕਾਰੀਆਂ ਨੂੰ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਅਤੇ ਕਾਫੀ ਜ਼ਿਆਦਾ ਲੰਬੀਆਂ ਲਾਈਨਾਂ ਦੇ ਵਿੱਚ ਲੱਗਣਾ ਵੀ ਪੈ ਸਕਦਾ ਹੈ ਅਤੇ ਜਿਸ ਦੇ ਲਈ ਤੁਹਾਨੂੰ ਕਾਫੀ ਮੋਟਾ ਫਾਈਨ ਵੀ ਭਰਨਾ ਪੈ ਸਕਦਾ ਹੈ ਜਿਨ੍ਹਾਂ ਨੇ ਇਹ ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤੀ ਜਾਂ ਇਹ ਸਾਰੀ ਜਾਣਕਾਰੀ ਨਹੀਂ ਭਰੀ ਉਹਨਾਂ ਨੂੰ ਕਾਫੀ ਮੋਟਾ ਫਾਈਨ ਭਰਨਾ ਪੈ ਸਕਦਾ ਸੋ ਸਾਰਿਆਂ ਦੇ ਲਈ ਜਿਹੜੇ ਕੈਨੇਡਾ ਪਹੁੰਚਣਾ ਚਾਹੁੰਦੇ ਨੇ ਉਹਨਾਂ ਲਈ ਅਲਾਈਵ ਅਰਾਈਵ ਕੈਨ ਐਪ ਡਾਊਨਲੋਡ ਕਰਨਾ ਜ਼ਰੂਰੀ ਹੈ ਤੇ ਜਾਣਕਾਰੀ ਭਰਨਾ ਜ਼ਰੂਰੀ ਹੈ ਕੈਨੇਡਾ ਵਿੱਚ ਪਹੁੰਚਣ ਮਗਰੋਂ ਵੀ ਐਪਲੀਕੇਸ਼ਨ ਦੇ ਰਾਹੀਂ 48 ਘੰਟੇ ਇਹ ਦੱਸਣਾ ਪਵੇਗਾ ਕਿ ਤੁਸੀਂ ਕੁਆਰੰਟਾਈਨ ਵਾਲੀ ਜਗ੍ਹਾ ਤੇ ਪਹੁੰਚ ਚੁੱਕੇ ਹੋ ਜਾਂ ਨਹੀਂ ਪਹੁੰਚੇ 14 ਦਿਨ ਤੁਸੀਂ ਰੋਜ਼ ਐਪ ਰਾਹੀਂ ਦੱਸਣਾ ਹੋਵੇਗਾ ਕਿ ਕੋਵਿਡ-19 ਦਾ ਕੋਈ ਲੱਛਣ ਤੁਹਾਨੂੰ ਦਿਖਾਈ ਦਿੱਤਾ ਹੈ ਜਾਂ ਨਹੀਂ ਦਿੱਤਾ ਮੀਨਜ਼ ਕੇ ਸੈਲਫ ਅਸੈਸਮੈਂਟ ਤੁਸੀਂ ਕਰਨੀ ਹੈ ਜੇਕਰ ਤੁਸੀਂ ਇਹ ਸਾਰੀ ਜਾਣਕਾਰੀ ਨਹੀਂ ਦਿੰਦੇ ਤਾਂ ਜਿਹੜਾ ਸਿਹਤ ਵਿਭਾਗ ਹੈ ਉਹ ਤੁਹਾਡੇ ਨਾਲ ਫੋਨ ਤੇ ਸੰਪਰਕ ਕਰੇਗਾ ਤੇ ਤੁਹਾਡੇ ਤੋਂ ਪੁੱਛੇਗਾ ਕਿ ਤੁਸੀਂ ਜਾਣਕਾਰੀ ਕਿਉਂ ਨਹੀਂ ਭਰ ਰਹੇ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜੋ ਲੋਕ ਐਪ ਅਬਯੂਜ਼ ਕਰਦੇ ਨੇ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਕਿਉਂਕਿ ਕਾਫੀ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਕਿ ਅਗਰਸੀਂ ਇਹ ਐਪ ਅਬਯੂਜ਼ ਕਰਾਂਗੇ ਸ਼ਾਇਦ ਸਾਡੇ ਫੋਨ ਦੇ ਵਿੱਚੋਂ ਸਾਡੀ ਪਰਸਨਲ ਜਿਹੜੀ ਵੀ ਡਿਟੇਲ ਪਈ ਹੈ ਉਹਨੂੰ ਕੱਢ ਨਾ ਲਿਆ ਜਾਵੇ ਐਸਾ ਕੁਝ ਨਹੀਂ ਹੈ ਇਹ ਤੁਹਾਡੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਇਹ ਬਿਲਕੁਲ ਜਿਹੜਾ ਐਪ ਐਪਲੀਕੇਸ਼ਨ ਹੈ ਇਹ ਬਿਲਕੁਲ ਸੇਫ ਹੈ ਸੋ ਜਿੰਨੇ ਵੀ ਪਰਸਨ ਨੇ ਜਿਹੜੇ ਕੈਨੇਡਾ ਪਹੁੰਚ ਰਹੇ ਨੇ ਚਾਹੇ ਕਿਸੇ ਵੀ ਵੀਜ਼ੇ ਤੇ ਜਾ ਰਹੇ ਨੇ ਉਹਨਾਂ ਦੇ ਲਈ ਇਹ ਐਪ ਬਹੁਤ ਜ਼ਰੂਰੀ ਹੈ ਇਹ ਐਪ ਦੇ ਵਿੱਚ ਸਾਰੀ ਜਾਣਕਾਰੀ ਭਰਨ ਤੋਂ ਬਾਅਦ ਹੀ ਤੁਸੀਂ ਸੌਖੇ ਢੰਗ ਨਾਲ ਕਰੇ ਤੁਹਾਨੂੰ 에어ਪੋਰਟ ਤੇ ਜਾ ਟਾਈਮ ਰੁਕਣਾ ਨਹੀਂ ਪਾਏਗਾ ਅਤੇ ਤੁਸੀਂ ਸੌਖੇ ਢੰਗ ਨਾਲ ਕੈਨੇਡਾ ਵਿੱਚ ਐਂਟਰੀ ਕਰ ਸਕਦੇ ਹੋ ਇਸ ਦੇ ਨਾਲ-ਨਾਲ ਤੁਹਾਨੂੰ ਜਿਹੜੇ ਕੋਵਿਡ-19 ਕਰਕੇ ਮਾਸਕ ਪੈਨਣਾ ਜਾਂ ਸਮਾਜਿਕ ਦੂਰੀ ਬਣਾ ਕੇ ਰੱਖਣਾ ਇਹਨਾਂ ਦੇ ਰੋਜ਼ ਦੀ ਤੁਹਾਨੂੰ ਪਾਲਣਾ ਕਰਨੀ ਜ਼ਰੂਰੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਤਾਂ ਕਿ ਤੁਸੀਂ ਕੋਵਿਡ-19 ਦੇ ਇਸ ਦੌਰ ਦੇ ਵਿੱਚੋਂ ਸੌਖੇ ਢੰਗ ਨਾਲ ਨੰਗ ਸਕੋ ਅਤੇ ਤੁਸੀਂ ਕਿਸ ਤਰ੍ਹਾਂ ਦੀ ਬਿਮਾਰੀ ਤੁਹਾਨੂੰ ਨਾ ਲੱਗੇ। ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਤੱਕ ਸਾਰੀ ਜਿਹੜੀ ਜਾਣਕਾਰੀ ਆ ਰਹੀ ਹੈ ਜੀ ਅਪਡੇਸ਼ਨ ਨਵੀਆਂ ਆ ਰਹੀਆਂ ਨੇ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਅਸੀਂ ਲੇਟੈਸਟ ਵੀਡੀਓਜ਼ ਬਣਾਉਂਦੇ ਰਹਿੰਦੇ ਆ। ਤੁਸੀਂ ਉਹ ਅਗਰ ਤੁਸੀਂ ਚਾਹੁੰਦੇ ਹੋ ਕਿ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਣ ਅਤੇ ਨਵੀਂ ਅਪਡੇਸ਼ਨ ਤੁਹਾਡੇ ਤੁਹਾਡੇ ਕੋਲ ਟਾਈਮ ਟਾਈਮ ਪਹੁੰਚਦੀ ਰਹੇ ਤਾਂ ਉਹਦੇ ਲਈ ਸਾਡੇ ਚੈਨਲ ਨੂੰ ਸਭ ਤੋਂ ਪਹਿਲਾਂ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਤਾਂ ਕਿ ਸਾਰੇ ਬੱਚਿਆਂ ਤੱਕ ਇਹ ਸਾਰੀ ਜਾਣਕਾਰੀ ਪਹੁੰਚ ਸਕੇ ਅਤੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਅਤੇ ਸ਼ੇਅਰ ਕਰੋ ਤਾਂ ਕਿ ਜਿੰਨਾ ਬੱਚਿਆਂ ਨੇ ਹੁਣ ਬਾਹਰ ਜਾਣਾ ਹੈ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਇਸ ਐਪ ਬਾਰੇ ਜਾਣਕਾਰੀ ਹੋ ਸਕੇ ਅਤੇ ਬੱਚੇ ਆਪਣਾ ਇਹ ਪਹਿਲਾਂ ਹੀ ਪੂਰਾ ਜਾਣਕਾਰੀ ਭਰ ਕੇ ਲੈ ਕੇ ਜਾਣ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਹੋਰ ਆਪਰੇਸ਼ਨ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਥੈਂਕ ਯੂ।